ਲੈਲਾ ਚੈਨਲ ਦਾ ਪੰਜਾਬ ਚੈਨਲ ਦੇਖਣਾ ਸਭ ਦੋਸਤਾਂ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਦਾ ਮੈਸੇਜ ਮਿਲ ਜੇ। ਅੱਜ ਤੁਹਾਨੂੰ ਅਸੀਂ ਲੈ ਕੇ ਚੱਲੇ ਹਾਂ ਮੁਹੱਲਾ ਬਗਦਾਦੀ, ਜਲਾਲਪੁਰ ਜੱਟਾਂ ਦਾ ਵੀ ਬੜਾ ਪੁਰਾਣਾ ਮੁਹੱਲਾ ਮੁਹੱਲਾ ਬਗਦਾਦੀ। ਇਹ ਸਾਹਮਣੇ ਤੁਸੀਂ ਐਡਾ ਟਮ ਟਮ ਵੇਖ ਰਹੇ ਹੋ, ਐਡਾ ਟਮ ਟਮ ਜਲਾਲਪੁਰ ਜੱਟਾਂ ਦਾ, ਇਹਦੀ ਅਸੀਂ ਵੀਡੀਓ ਅੱਗੇ ਤੁਹਾਨੂੰ ਵਿਖਾਈ ਸੀ। ਇਹ ਸਾਹਮਣੇ ਮੇਨ ਬਾਜ਼ਾਰ ਹੈ ਅਤੇ ਇਸ ਪਾਸੇ ਮੁਹੱਲਾ ਬਗਦਾਦੀ। ਸਾਈਂ ਕਬਰਸਤਾਨ ਹੈ ਜੀ, ਸਾਈਂ ਨਸੀਰ ਦਾ ਕਬਰਸਤਾਨ ਕਹਿੰਦੇ ਨੇ ਉਹਨੂੰ, ਵੀ ਬੜਾ ਪੁਰਾਣਾ ਕਬਰਸਤਾਨ ਹੈ। ਕਬਰਸਤਾਨ ਸਾਈ ਨਸੀਰ ਦਾ ਜਲਾਲਪੁਰ ਜੱਟਾਂ ਦਾ, ਬਗਦਾਦੀ ਜਲਾਲਪੁਰ ਜੱਟਾਂ ਤੁਹਾਨੂੰ ਅਸੀਂ ਵਿਖਾ ਰਹੇ ਲੈਂਦਾ ਜਨ ਪੰਜਾਬ ਚੈਨਲ 'ਤੇ। ਸ਼ਹਿਰ ਦਾ ਵੀ ਬੜਾ ਪੁਰਾਣਾ ਮੁਹੱਲਾ, ਸਰਕਲ ਰੋਡ ਦੇ ਬਾਹਰ ਵਾਲੇ ਹੈ। ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਉਹਦਾ ਮੈਸੇਜ ਮਿਲ ਜਾਏ। ਅੱਜ ਤੁਹਾਨੂੰ ਅਸੀਂ ਮੁਹੱਲਾ ਬਗਦਾਦੀ ਵਿਖਾ ਰਹੇ ਹਾਂ ਜਲਾਲਪੁਰ ਜੱਟਾਂ ਦਾ। ਸਾਹਮਣੇ ਅਸੀਂ ਦਰਖਤ ਵੇਖ ਰਹੇ ਜੀ, ਪੈਦੀ ਦੇ ਦਰਖਤ ਲੱਗੇ। ਇੱਥੇ ਪਾਵਰ ਲੂਮਾਂ ਦੀ ਆਵਾਜ਼ ਸੁਣ ਰਹੇ ਹੋ, ਇਹ ਕਾਰਖਾਨਾ ਸਾਹਮਣੇ ਪਾਵਰ ਲੂਮਾਂ ਦਾ, ਜਿਹੜੀ ਗਲੀ ਜਾ ਰਹੀ ਹੈ। ਵਲੂਮਾਂ ਦਾ ਕਾਰਖਾਨਾ ਜੀ, ਲਹਿੰਦਾ ਜਾਂਦਾ ਪੰਜਾਬ 'ਚ ਆਉਂਦਾ ਤਾਂ ਤੁਹਾਨੂੰ ਅਸੀਂ ਮੁਹੱਲਾ ਬਗਦਾਦੀ ਵਿਖਾ ਰਹੇ ਹਾਂ। ਜਲਾਲਪੁਰ ਜੱਟਾਂ ਦਾ ਬੜਾ ਹੈ ਵੀ ਪੁਰਾਣਾ ਹੀ ਮੁਹੱਲਾ, ਮੁਹੱਲਾ ਬਗਦਾਦੀ ਜਲਾਲਪੁਰ ਜੱਟਾਂ।
ਇਸ ਤੋਂ ਪਹਿਲੇ ਤੁਹਾਨੂੰ ਜਿਹੜੇ ਮੁਹੱਲੇ ਵਿਖਾਏ ਉਹ ਸਾਰੇ ਸ਼ਹਿਰ ਦੇ ਅੰਦਰ ਸਨ, ਕਦੀਮ ਪੁਰਾਣੇ ਮੁਹੱਲੇ। ਜਿਹੜੇ ਸ਼ਹਿਰ ਦੇ ਬਾਹਰ ਨਵੇਂ ਮੁਹੱਲੇ ਬਣੇ ਨੇ ਸਰਕੂਲਰ ਰੋਡ ਤੋਂ ਬਾਹਰ ਵੱਲ, ਲੈਂਦਾ ਜਾਂਦਾ ਪੰਜਾਬ ਚੈਨਲ 'ਤੇ। ਅੱਜ ਤਾਂ ਤੁਹਾਨੂੰ ਅਸੀਂ ਮੱਲਾ ਬਗਦਾਦੀ ਵਿਖਾ ਰਹੇ ਹਾਂ ਜੀ, ਜਲਾਲਪੁਰ ਸਿੱਟਾਂ ਦਾ। ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਖਾਸ ਤੌਰ 'ਤੇ ਜਿਹੜੇ ਸਾਡੇ ਨਵੇਂ ਵੇਖਣ ਵਾਲੇ ਆਉਂਦੇ ਨੇ ਉਹ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਨ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਉਹਦਾ ਮੈਸੇਜ ਮਿਲ ਜਾਵੇ। ਪ੍ਰਾਇਮਰੀ ਸਕੂਲ ਹੈ ਜੀ। ਪ੍ਰਾਇਮਰੀ ਸਕੂਲ ਹੈ ਜੀ, ਨਾਲ ਹੈ ਜੀ ਗਲੀ ਹੈ, ਮੱਲਾ ਬਗਦਾਦੀ ਜਲਾਲ ਪੰਜੇਟਾਂ ਸਾਨੂੰ ਅਸੀਂ ਵਿਖਾ ਰਹੇ ਹਾਂ।
ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ, ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਪਰ ਉਹਦਾ ਮੈਸੇਜ ਮਿਲ ਜਾਏ।